नगर कौंसल पात्रा विच मनाया पंजाबी भाषा दिवस। शहर वासियों नूं सरकार दी आदेशां तहत अपने अदारे ते पंजाबी विच साइन बोर्ड लगाउण दी कीती अपील। अज अंतरराष्ट्रीय पंजाबी भाषा दिवस मौके ते वख-वख थावां ते करवाए जाण वाले समागमां तहत नगर कौंसल पात्रड़ा विखे वी पंजाबी भाषा दिवस ते करवाए गए सैमीनार दौरान प्रधान रणवीर सिंह अते ईओ बलजिंदर कौर दे वल्लों पंजाब सरकार दी हदायतां तहत समूह मुलाजमां नूं अपना काम पंजाबी विच करन अते शहर अंदर सरकारी अते प्राइवेट अदारिआं नूं अपने साइन बोर्ड भाषा पंजाबी विच लिख के लगाउण दी अपील कीती। ਦੇ ਮੌਕੇ ਤੇ ਅੱਜ ਅਸੀਂ ਸਰਕਾਰ ਦੇ ਹਦਾਇਤਾਂ ਮੁਤਾਬਕ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਹਦਾਇਤਾਂ ਮੁਤਾਬਕ ਅਸੀਂ ਪੰਜਾਬੀ ਦਿਵਸ ਜਿਹੜਾ ਹੈਗਾ ਆਪਣੇ ਦਫ਼ਤਰ ਦੇ ਵਿੱਚ ਸਮੂਹ ਕਰਮਚਾਰੀਆਂ ਦੇ ਵਿੱਚ ਮਨਾਇਆ ਵਾ ਔਰ ਕਰਮਚਾਰੀਆਂ ਨੂੰ ਬੇਨਤੀ ਕੀਤੀ ਹੈ, ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ, ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਵੀ ਤੁਸੀਂ ਕੋਈ ਸਾਈਨ ਬੋਰਡ ਲਾਉਂਦੇ ਹੋ ਦੁਕਾਨ ਦੇ ਅੱਗੇ ਉਹਦੀ ਮਾਤਰ ਭਾਸ਼ਾ ਪੰਜਾਬੀ ਸਭ ਤੋਂ ਉੱਪਰ ਲਿਖਣਾ ਚਾਹੀਦਾ ਵਾ। ਜੇ ਕਿਸੇ ਨੂੰ ਕੋਈ ਜ਼ਰੂਰੀ ਸਮਝਦਾ ਕਿ ਇੰਗਲਿਸ਼ ਵੀ ਲਿਖਣੀ ਹੈ ਤਾਂ ਹੇਠਾਂ ਹੋਵੇ, ਸਾਡੀ ਮਾਤਰ ਭਾਸ਼ਾ ਪੰਜਾਬੀ ਜਿਹੜੀ ਹੈ ਜਿਹੜਾ ਮਾਣ ਸਤਿਕਾਰ ਜਿਹੜਾ ਦੇਣਾ ਵੀ ਅਸੀਂ ਆਪਣੀ ਮਾਤਰ ਭਾਸ਼ਾ ਨੂੰ ਉਸ ਸਭ ਤੋਂ ਉੱਪਰ ਹੋਣਾ ਚਾਹੀਦਾ ਵਾ। ਅਤੇ ਮੈਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ ਇਸ ਦੀ ਸਰਕਾਰ ਦੇ ਦਿਸ਼ਾ ਨਿਰਦੇਸ਼ ਆਏ ਨੇ, ਇਹਨਾਂ ਨੂੰ ਮਤਲਬ ਲਾਗੂ ਕਰਨ। ਹਾਂਜੀ, ਅੱਜ ਅਸੀਂ ਆਪਣੇ ਦਫ਼ਤਰ ਨਗਰ ਕੌਂਸਲ ਵਿਖੇ ਜਿਹੜਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਸੰਬੰਧੀ ਜਿਵੇਂ ਅੱਜ ਸਾਰੇ ਪੰਜਾਬ ਵਿੱਚ ਹੀ ਪੰਜਾਬੀ ਦਿਵਸ ਜਿਹੜਾ ਮਨਾਇਆ ਜਾ ਰਿਹਾ, ਅਸੀਂ ਵੀ ਅੱਜ ਇੱਥੇ ਆਪਣੇ ਸਮੂਹ ਕਰਮਚਾਰੀਆਂ ਨੂੰ ਅਤੇ ਸਾਰੇ ਇੱਥੇ ਕੁਛ ਪਦਵੰਤੇ ਸੱਜ ਜਿਹੜੇ ਸਾਡੇ ਆਏ ਹੋਏ ਸੀਗੇ, ਅਸੀਂ ਉਹਨਾਂ ਨਾਲ ਰਲ ਕੇ ਅੱਜ ਜਿਹੜਾ ਪੰਜਾਬੀ ਦਿਵਸ ਮਨਾਇਆ ਹੈਗਾ। ਅਤੇ ਇਸਦੇ ਸੰਬੰਧ ਵਿੱਚ ਸਾਨੂੰ ਸਰਕਾਰ ਵੱਲੋਂ ਹੀ ਅਤੇ ਆਪਣੇ ਸਾਡੇ ਡੀ ਸੀ ਸਾਹਿਬ ਵੱਲੋਂ, ਏ ਡੀ ਸੀ ਸਰ ਵੱਲੋਂ ਸਾਨੂੰ ਹਦਾਇਤਾਂ ਪ੍ਰਾਪਤ ਹੋਈਆਂ ਸੀਗੀਆਂ ਵੀ ਜਿਹੜਾ ਇਹ 21 ਤੱਕ ਸਾਰੇ ਜਿੰਨੇ ਵੀ ਮਤਲਬ ਕਿ ਬੋਰਡ ਨੇ ਜਿਹੜੇ ਪੰਜਾਬੀ ਵਿੱਚ, ਦੁਕਾਨਦਾਰ ਹੈ, ਕੋਈ ਸਕੂਲ ਹੈ, ਕੋਈ ਕਾਲਜ ਹੈ, ਕੋਈ ਦਫ਼ਤਰ ਹੈ, ਵੀ ਉਹ ਪੰਜਾਬੀ ਭਾਸ਼ਾ ਵਿੱਚ ਹੀ ਜਿਹੜੇ ਬੋਰਡ ਜਿਹੜੇ ਲਵਾਏ ਜਾਣ। ਅਤੇ ਉਹਦੇ ਸੰਬੰਧ ਵਿੱਚ ਅਸੀਂ ਲਗਾਤਾਰ ਅਵੇਅਰਨੈਸ ਕਰ ਰਹੇ ਹਾਂ। ਅਸੀਂ ਇਸ ਸੰਬੰਧ ਵਿੱਚ ਪਹਿਲਾਂ ਵੀ ਲਗਾਤਾਰ ਮੁਨਿਆਦੀ ਵੀ ਕੀਤੀ ਗਈ ਹੈ, ਸਾਰੇ ਬਾਜ਼ਾਰਾਂ 'ਚ ਸਾਰੇ ਦੁਕਾਨਦਾਰਾਂ ਨੂੰ ਮਤਲਬ ਇਸ ਸੰਬੰਧੀ ਸੂਚਿਤ ਕੀਤਾ ਗਿਆ ਵੀ ਜਿੰਨੇ ਵੀ ਦੁਕਾਨਦਾਰ ਨੇ ਅਤੇ ਆਪਣੇ ਜੋ ਵੀ ਹੋਰ ਆਪਣੇ ਅਦਾਰੇ ਨੇ, ਚਾਹੇ ਸਰਕਾਰੀ ਦਫ਼ਤਰ ਹੈ ਚਾਹੇ ਕੋਈ ਪ੍ਰਾਈਵੇਟ ਦਫ਼ਤਰ ਹੈ, ਵੀ ਉੱਥੇ ਜਿਹੜਾ ਆਪਣਾ ਬੋਰਡ ਆ ਪੰਜਾਬੀ ਵਿੱਚ ਹੀ ਲਿਖਵਾਉਣ, ਤਾਂ ਜੋ ਆਪਾਂ ਆਪਣੀ ਪੰਜਾਬੀ ਮਾਤ ਭਾਸ਼ਾ ਨੂੰ ਇਸ ਨੂੰ ਪ੍ਰਫੁੱਲਿਤ ਕਰ ਸਕੀਏ। ਇਹਦੇ ਸੰਬੰਧ ਵਿੱਚ ਅੱਜ ਅਸੀਂ ਦਫ਼ਤਰ ਵਿੱਚ ਇਹ ਜਿਹੜਾ ਮਨਾਇਆ ਗਿਆ ਸੀ ਪ੍ਰਧਾਨਗੀ ਦੀ ਉਸ ਪ੍ਰਧਾਨਗੀ ਹੇਠ, ਅਤੇ ਇਸ ਦੇ ਸੰਬੰਧ ਵਿੱਚ ਮੇਰੇ ਵੱਲੋਂ ਇਹੀ ਸਾਰੇ ਸ਼ਹਿਰ ਨਿਵਾਸੀਆਂ ਨੂੰ, ਦੁਕਾਨਦਾਰਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆਪਣਾ ਇਹ ਜਿਹੜੇ ਬੋਰਡ, ਕਾਫੀ ਹੱਦ ਤੱਕ ਜਿਹੜੇ ਬੋਰਡ ਸਾਡੇ ਇੱਥੇ ਪੰਜਾਬੀ 'ਚ ਲੱਗ ਵੀ ਚੁੱਕੇ ਨੇਗੇ, ਵੀ ਜੇ ਕੋਈ ਰਹਿੰਦਾ ਵੀ ਹੈ ਤਾਂ ਉਹਦੇ ਮਤਲਬ ਕਿ ਆਪਣੇ ਪੰਜਾਬੀ ਭਾਸ਼ਾ ਵਿੱਚ ਹੀ ਆਪਣੀ ਦੁਕਾਨ ਦਾ ਜਿਹੜਾ ਮੇਨ ਉੱਪਰ ਜਿਹੜਾ ਉਹ ਆਪਣਾ ਬੋਰਡ ਪੰਜਾਬੀ 'ਚ ਹੀ ਲਵਾਇਆ ਜਾਵੇ। ਅਸੀਂ ਇਹੀ ਤੁਹਾਡੇ ਮਾਧਿਅਮ ਰਾਹੀਂ ਵੀ ਇਹੀ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ, ਪਾਤੜਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿੱਚ ਸਰਕਾਰ ਦਾ ਸਹਿਯੋਗ ਦੇਣ। ਹਾਂਜੀ, ਜਿਹੜੀਆਂ ਹਦਾਇਤਾਂ ਸਾਨੂੰ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਨੇ ਉਹਦੇ ਵਿੱਚ ਮਤਲਬ ਕਿ ਜੁਰਮਾਨੇ ਬਾਰੇ ਵੀ ਮਤਲਬ ਲਿਖਿਆ ਗਿਆ ਵੀ ਜਿਹੜਾ ਕੋਈ ਨਹੀਂ ਹੈ ਇਹਦੀ ਕਾਰਵਾਈ ਪਾਲਣਾ ਨਹੀਂ ਕਰੂਗਾ ਆਪਣੀ ਪੰਜਾਬੀ ਭਾਸ਼ਾ ਦੀ, ਉਹਨੂੰ ਮਤਲਬ ਕਿ ਜੁਰਮਾਨੇ ਵੀ ਕੀਤੇ ਜਾਣਗੇ। ਪਰ ਅਸੀਂ ਤਾਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਵੀ ਇੱਥੋਂ ਤੱਕ ਜਿਹੜੀ ਨੌਬਤ ਸਾਡੀ ਨਾ ਆਵੇ, ਪਹਿਲਾਂ ਹੀ ਜਿਹੜੇ ਮਤਲਬ ਕਿ ਉਹ ਬੋਰਡ ਪੰਜਾਬੀ ਵਿੱਚ ਲਿਖਵਾ ਲਏ ਜਾਣ।